ਆ ਮਾਰੋ ਸੰਗਤਾਂ ਦੀ ਬੁਲਾਰੇ ਦਾ ਮੂੰਹ ਦੇਖਣ ਦੇ ਤੁਸੀਂ ਥੱਲੇ ਉਤਰ ਜੋਗਾ ਸਾਰੇ ਸਾਡਾ ਸਭ ਕਹਿ ਦਿਓ ਇਹਨਾਂ ਨੂੰ ਸਾਰਿਆਂ ਨੂੰ ਕਿ ਹੁਣ ਤਾਂ ਫੋਟੋਆਂ ਬਥੇਰੀਆਂ ਹੋ ਗਈਆਂ ਸਾਡੇ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਰਦਾਰ ਰਣਜੀਤ ਸਿੰਘ ਬਰਪੁਰਾ ਜੀ ਸਰਦਾਰ ਰਵਿੰਦਰ ਸਿੰਘ ਜੀ ਰਾਮੂਵਾਲੀਆ ਜੀ ਵੀਰ ਦਵਿੰਦਰ ਸਿੰਘ ਜੀ ਜਿੰਨੇ ਹੋਰ ਸਾਡੇ ਸੱਜਣ ਆਏ ਨੇ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸੱਜਣਾਂ ਨੂੰ ਬੈਠੇ ਇਸ ਕਰਕੇ ਬਹੁਤਾ ਸਮਾਂ ਨਹੀਂ ਮੈਂ ਲੈਣਾ ਅਤੇ ਮੇਰੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਆਏ ਵੀਰੋ ਅਤੇ ਭੈਣੋ ਸਭ ਤੋਂ ਪਹਿਲਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤਾਂ ਮੈਂ ਪਹਿਲਾਂ ਸਾਡੇ ਸਾਥੀਆਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਸਾਡਾ ਧੰਨਵਾਦ ਕੀਤਾ ਮੇਰਾ ਜਾਂ ਪਰਮਿੰਦਰ ਦਾ ਇਹ ਸਾਡਾ ਰੋਲ ਨਹੀਂ ਇਹ ਸਾਡੇ ਇਹਨਾਂ ਵਰਕਰਾਂ ਦਾ ਇਹਨਾਂ ਦੇ ਸਾਹਮਣੇ ਮੇਰਾ ਸਿਰ ਝੁਕਦਾ ਕਿ ਜਦੋਂ ਇਹ ਅਜਿਹਾ ਜਿਹਾ ਕੁਛ ਮੇਰੇ ਖਿਲਾਫ਼ ਬੋਲ ਕੇ ਗਏ ਤਾਂ ਇਹਨਾਂ ਨੇ ਸਾਰਿਆਂ ਨੇ ਹਿੰਮਤ ਕੀਤੀ ਕਿਹਾ ਅਸੀਂ ਉਹਦਾ ਹੰਕਾਰ ਤੋੜਨਾ ਅਤੇ ਉੱਥੇ ਹੀ ਉਸੇ ਜਗ੍ਹਾ 'ਤੇ ਆਪਾਂ ਕਾਨਫਰੰਸ ਕਰਨੀ ਹੈ ਮੈਂ ਹੈਰਾਨ ਸੀ ਮੇਰੇ ਵੀਰੋ ਮੈਂ ਦੱਸਣਾ ਚਾਹੁੰਦਾ ਕਿ ਇਕੱਲੇ ਪਿੰਡਾਂ ਵਿੱਚੋਂ ਵੀ ਆਏ ਆ ਸ਼ਹਿਰੀ ਵੀਰ ਵੀ ਆਏ ਸਾਡੇ ਚੌਧਰੀਆਂ ਦੇ ਪਿੰਡ ਨੇ ਚੌਧਰੀਆਂ ਦੇ ਟਰੱਕਾਂ ਦੇ ਟਰੱਕ ਭਰ ਕੇ ਆਏ ਕੋਈ ਐਸਾ ਤਬਕਾ ਨਹੀਂ ਚਾਹਲਾ ਕਿ ਪੰਥਕ ਇਕੱਠ ਸੀ ਲੇਕਿਨ ਹਰ ਕੌਮ ਦਾ ਆ ਮਲੇਰਕੋਟਲੇ ਤੋਂ ਆਏ ਮੁਸਲਮਾਨ ਵੀਰ ਆਏ ਔਰ ਕੋਈ ਐਸਾ ਤਬਕਾ ਨਹੀਂ ਜਿਹੜਾ ਅੱਜ ਇਸ ਇਕੱਠ ਵਿੱਚ ਹਾਜ਼ਰ ਨਹੀਂ ਸੀ ਮੈਂ ਉਹਨਾਂ ਵਰਕਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਤੱਕ ਪਹੁੰਚਾਇਆ ਇਹਨਾਂ ਤੱਕ ਗੱਲ ਕੀਤੀ ਕਿ ਆਓ ਆਪਾਂ ਫਲਾਣੇ ਦਿਨ ਅੱਜ ਦੇ ਦਿਨ ਰੱਖਣੀ ਹੈ ਵੀਰੋ ਮੈਂ ਦੋ ਤਿੰਨ ਗੱਲਾਂ ਕਰਨੀਆਂ ਬਹੁਤਾਂ ਨਹੀਂ ਮੈਨੂੰ ਇੱਡੀ ਵੱਡੀ ਲਿਸਟ ਦੇ ਦਿੱਤੀ ਕਿ ਸੁਖਬੀਰ ਸਿੰਘ ਬਾਦਲ ਅਤੇ ਹੋਰ ਜਿਹੜੇ ਸੱਜਣ ਤੁਹਾਡੇ ਖਿਲਾਫ਼ ਬੋਲ ਗਏ ਨੇ ਉਹਨਾਂ ਦਾ ਤੁਸੀਂ ਜਵਾਬ ਦਿਓ ਮੈਂ ਕਿਹਾ ਸਿਰਫ ਦੋ ਗੱਲਾਂ ਦਾ ਜਵਾਬ ਦੇਊਂਗਾ ਬਾਕੀ ਮੈਨੂੰ ਉਹਨਾਂ ਬਹੁਤੀਆਂ ਗੱਲਾਂ ਸਮਝ ਨਹੀਂ ਕਿਹੜੀਆਂ ਦਾ ਇੱਕ ਤਾਂ ਜੋ ਕਹਿ ਕੇ ਗਏ ਕਿ ਢੀਂਡਸਾ ਪਰਿਵਾਰ ਦੇ ਅੱਜ ਅਸੀਂ ਅਰਦਾਸ ਕਰ ਚੱਲੇ ਹਾਂ ਅੱਜ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਮੇਰੇ ਪਰਸ ਵਾਲੇ ਵੀਰ ਉਹ ਮੀਡੀਆ ਦੇ ਵੀਰ ਨੇ ਕੀ ਉਹਨਾਂ ਦੇ ਇਕੱਠ ਤੋਂ ਕਿੰਨਾ ਵੱਡਾ ਇਕੱਠ ਸਾਡਾ ਹੈ ਔਰ ਇੱਕੋ ਗੱਲ ਲੋਕਾਂ ਨੇ ਕਹੀ ਸੀ ਵੀਰੋ ਕਿ ਅਸੀਂ ਉਹਨਾਂ ਤੋਂ ਵੱਡਾ ਇਕੱਠ ਕਰਨਾ ਅੱਜ ਉਹਨਾਂ ਤੋਂ ਵੱਡਾ ਇਕੱਠ ਕਰਕੇ ਦਿਖਾਤਾ ਇੱਕ ਇਹ ਉਹਨੂੰ ਗੱਲ ਮੈਂ ਪੁੱਛਣਾ ਚਾਹੁੰਦਾ ਉਸ ਦਿਨ ਵੀ ਮੈਂ ਕਹੀ ਸੀ ਕਿ ਤੈਨੂੰ ਆਪਣੇ ਪੈਸੇ ਦਾ ਬਹੁਤ ਵੱਡਾ ਹੰਕਾਰ ਹੈ ਤੂੰ ਪੈਸੇ ਨਾਲ ਪੰਜ ਚਾਰ ਕਰੋੜ ਨਾਲ ਤੂੰ ਪੈਸੇ ਇਕੱਠ ਕਰ ਲਿਆ ਲੇਕਿਨ ਮੈਨੂੰ ਕਿਸੇ ਨੇ ਕਿਹਾ ਤੁਸੀਂ ਪੈਸਾ ਕਿੱਥੋਂ ਲਿਆਓਗੇ ਸਾਰੀ ਜ਼ਿੰਦਗੀ ਓਨੈਸਟ ਰਹੋ ਮੈਂ ਕਿਹਾ ਲੋਕਾਂ ਦੇ ਸਾਹਮਣੇ ਉਸ ਅਕਾਲ ਪੁਰਖ ਦੀ ਪਰਮਾਤਮਾ ਕਿੱਥੇ ਵੱਸਦਾ ਪਰਮਾਤਮਾ ਇਹਨਾਂ ਲੋਕਾਂ ਦੇ ਅੰਦਰ ਵੱਸਦਾ ਮੈਂ ਕਿਹਾ ਸੀ ਵੱਡੇ ਵੱਡੇ ਰਾਜ ਵੱਡੇ ਵੱਡੇ ਹੰਕਾਰੀ ਉਸ ਅਕਾਲ ਪੁਰਖ ਨੇ ਔਰ ਇਹਨਾਂ ਲੋਕਾਂ ਨੇ ਹੰਕਾਰੀਆਂ ਦਾ ਹੰਕਾਰ ਤੋੜਿਆ ਅੱਜ ਸੁਬੀ ਗਿਰਾ ਕੇ ਦੇਖ ਲੈ ਤੇਰਾ ਹੰਕਾਰ ਤੋੜਨ ਲਈ ਅੱਜ ਇੰਨਾ ਵੱਡਾ ਇਕੱਠ ਹੋਇਆ ਅੱਜ ਔਰ ਦੂਸਰਾ ਮੈਂ ਕਹਿਣਾ ਸਾਡੇ ਦੂਸਰਾ ਮੇਰਾ ਹੋਰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿੰਨਾ ਤੁਸੀਂ ਪਿਆਰ ਦਿੱਤਾ ਉਹਦੇ ਲਈ ਸਾਡੇ ਕੋਲ ਕੋਈ ਐਸਾ ਜਵਾਬ ਨਹੀਂ ਜਿੰਨਾ ਜਵਾਬ ਨਾਲ ਦੇ ਸਕੀਏ ਤੁਹਾਡਾ ਦੂਜਾ ਇੱਕ ਗੱਲ ਹੋਰ ਸੀ ਉਹਨਾਂ ਨੇ ਕਿਹਾ ਉਹਨਾਂ ਦੇ ਚੇਲੇ ਚਾੜ ਕੇ ਕੱਲ ਪ੍ਰੈਸ ਕਾਨਫਰੰਸ ਕਿਹਾ ਕਿ ਅੱਜ ਮੈਂ ਵੀਰਾਂ ਪ੍ਰੈਸ ਵਾਲੇ ਵੀਰਾਂ ਨੂੰ ਪੁੱਛਣਾ ਚਾਹੁੰਦਾ ਦੇਖ ਲਓ ਇੱਥੇ ਕਿਹੜਾ ਕਾਂਗਰਸੀ ਹੈ ਕਿੰਨੇ ਕੁ ਕਾਂਗਰਸੀ ਆਏ ਨੇ ਕੋਈ ਕਾਂਗਰਸ ਦਾ ਅੱਜ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਇੱਥੇ ਹੀ ਰਹਿੰਦੇ ਨੇ ਕਿ ਤੁਸੀਂ ਇੱਥੇ ਦੇਖਿਆ ਵੀ ਹੋਣਾ ਕਿ
ਕਿ ਆ ਕੇ ਮੈਂ ਪ੍ਰੈਸ ਮੀਡੀਆ ਦੇ ਵੀਰਾਂ ਨੂੰ ਕਿਹਾ ਸੀ ਮੇਰੇ ਤੇ ਮੇਰੀ ਇੰਟਰਵਿਊ ਲੈਣ ਆਏ। ਮੈਂ ਮੇਰੀ ਗੱਲ ਤੇ ਯਕੀਨ ਨਾ ਕਰਿਓ, ਤੁਸੀਂ ਕਰੋ ਜਾ ਕੇ ਦੇਖੋ ਕਿ ਕਿਹੜੇ ਆਏ ਨੇ ਤੇ ਕਾਂਗਰਸੀ ਕੌਣ ਨੇ, ਇਹਨਾਂ ਦਾ ਆਕਾ, ਇਹਨਾਂ ਦਾ ਪ੍ਰਧਾਨ ਜਿਹਨੂੰ ਇਹ ਪ੍ਰਧਾਨ ਕਹਿੰਦੇ ਸੁਖਬੀਰ ਸਿੰਘ ਬਾਦਲ। ਸਾਰੀ ਦੁਨੀਆ ਜਾਣਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਇਹ ਮਿਲੇ ਹੋਏ ਨੇ। ਅੱਜ ਇਹਦੀ ਕੋਈ ਬੱਸ ਨਹੀਂ ਰੁਕਦੀ, ਅੱਜ ਉਵੇਂ ਜਿਵੇਂ ਇਹਨਾਂ ਦੇ ਉਹ ਬਿਨਾਂ ਪਰਮਿਟਾਂ ਤੋਂ ਬੱਸਾਂ ਚੱਲਦੀਆਂ। ਅੱਜ ਵੀਰੋ ਤੁਸੀਂ ਜਾਣਦੇ ਹੋ ਕਿ ਕੇਬਲ ਦਾ ਵਪਾਰ ਇਹਨਾਂ ਦੇ ਵੇਲੇ ਚੱਲਿਆ, ਅੱਜ ਵੀ ਉਹਨੂੰ ਕਿਸੇ ਨੇ ਹੱਥ ਨਹੀਂ ਲਾਇਆ। ਅੱਜ ਵੀ ਸੁਖਬੀਰ ਸਿੰਘ ਬਾਦਲ ਉਹਨੇ ਕਹਿੰਦਾ ਮੈਨੂੰ ਦੱਸੋ ਮੈਂ ਸਰਕਾਰ ਤੋਂ ਕੰਮ ਕਰਾਵਾਂ। ਕਿ ਕੀ ਇਹਨਾਂ ਤੋਂ ਮੈਂ ਇਹਨਾਂ ਪੁੱਛਣਾ ਚਾਹੁੰਦਾ ਜਿਹੜੇ ਇਹਨਾਂ ਚਮਚੇ ਸੀ ਕਿ ਕੀ ਕੌਣ ਹੈ, ਕਿਹਦੇ ਨਾਲ ਕਾਂਗਰਸ ਮਿਲੀ ਹੈ, ਕਾਂਗਰਸ ਤੇ ਸਰਕਾਰ ਔਰ ਤੁਸੀਂ ਤੇ ਕਾਂਗਰਸ ਦੀ ਸਰਕਾਰ ਮਿਲੇ ਹੋਏ ਹੋ। ਅਸੀਂ ਜਦੋਂ ਜਹਿਦ ਕਰਾਂਗੇ, ਅੱਜ ਅਸੀਂ ਪੰਥਕ ਇਸ਼ੂ ਲਏ ਨੇ, ਅਸੀਂ ਇਹ ਵੀ ਜਦੋਂ ਜਹਿਦ ਕਰਾਂਗੇ ਕਿ ਜੋ ਕੈਪਟਨ ਨੇ ਜੋ ਵਰਪੁਰਾ ਸਾਹਿਬ ਕਹਿ ਕੇ ਗਏ ਨੇ, ਜੋ ਕੈਪਟਨ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਇੱਕ ਵੀ ਪੂਰਾ ਨਹੀਂ ਕੀਤਾ। ਬਲਕਿ ਅੱਜ ਮੁਲਾਜ਼ਮ ਵੀ, ਕਿਸਾਨ ਵੀ, ਮਜ਼ਦੂਰ ਵੀ ਔਰ ਕੋਈ ਐਸਾ ਤਬਕਾ ਨਹੀਂ ਜਿਹੜਾ ਸੜਕਾਂ ਤੇ ਨਹੀਂ ਆਇਆ ਹੋਇਆ, ਜਿਹੜਾ ਸੜਕਾਂ ਨੂੰ ਰੋਕ ਨਹੀਂ ਰਿਹਾ। ਆਹ ਰੋਜ਼ ਤੁਹਾਡੇ ਸਾਹਮਣੇ ਟੀਚਰਾਂ ਦੀ, ਰੋਜ਼ ਉਹਦੇ ਐਜੂਕੇਸ਼ਨ ਮਿਨਿਸਟਰ ਇੱਥੋਂ ਦਾ, ਉਹਦੇ ਘਰੇ ਰੋਜ਼ ਲਾਠੀ ਚਾਰਜ ਹੁੰਦਾ, ਬੀਬੀਆਂ ਦੇ ਲਾਠੀ ਚਾਰਜ ਹੁੰਦਾ। ਇਸ ਕਰਕੇ ਵੀਰੋ ਇਹਨਾਂ ਤੋਂ ਮੈਂ ਪੁੱਛਣਾ ਚਾਹੁੰਦਾ ਕਾਂਗਰਸੀ ਕੌਣ ਨੇ। ਲੇਕਿਨ ਤੁਸੀਂ ਕਾਂਗਰਸ ਦੇ ਖਿਲਾਫ਼ ਸਿਰਫ ਬਿਆਨ ਦਿੰਦੇ ਹੋ, ਅਸੀਂ ਕਾਂਗਰਸ ਦੇ ਸਰਕਾਰ ਦੇ ਖਿਲਾਫ਼ ਜਦੋਂ ਜਾਇਜ਼ ਕਰਾਂਗੇ। ਉਦਣ ਕੀ ਸੀ, ਕਹਿੰਦੇ ਕਾਂਗਰਸ ਦੇ ਖਿਲਾਫ਼ ਧਰਨਾ ਮਾਰਿਆ ਸੀ। ਕੀ ਇਹ ਕਾਂਗਰਸ ਦੇ ਖਿਲਾਫ਼ ਬੋਲੇ ਸੀ? ਇਹ ਤਾਂ ਢੀਂਡਸਾ ਪਰਿਵਾਰ ਦੇ ਖਿਲਾਫ਼ ਬੋਲ ਕੇ ਗਏ, ਹੋਰ ਇਹਨਾਂ ਕੋਲ ਹੈ ਕੁਛ ਨਹੀਂ ਸੀ। ਇਹ ਤੋਂ ਪਤਾ ਲੱਗਦਾ ਕਿ ਕੌਣ ਮਿਲਿਆ ਹੋਇਆ ਕਾਂਗਰਸ ਨਾਲ। ਇੱਕ ਇੱਕ ਬੱਚੇ ਦੀ ਜ਼ਮਾਨਤ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਮਿਲੇ ਹੋਏ ਨੇ। ਹਰ ਬੰਦਾ ਪੰਜਾਬ ਦਾ, ਕਿਸੇ ਵੀ ਸਧਾਰਨ ਬੰਦੇ ਤੋਂ ਪੁੱਛ ਲਓ, ਉਹ ਕਹਿੰਦੇ ਆਪਸ ਮਿਲੇ ਹੋਏ ਨੇ ਔਰ ਉਵੇਂ ਜਿਵੇਂ ਸਾਰਾ ਕੁਛ ਚੱਲ ਰਿਹਾ। ਲੇਕਿਨ ਤੁਹਾਡੇ ਸਾਹਮਣੇ ਇੱਕ ਚੀਜ਼ ਅਸੀਂ, ਸਾਡੇ ਤਿੰਨ ਗਰੁੱਪ ਐਸੇ ਨੇ ਜਿਹੜੇ ਸਿਰਫ ਸ਼੍ਰੋਮਣੀ ਕਮੇਟੀ ਲੜਨਾ ਚਾਹੁੰਦੇ ਆ, ਜਿਹਨਾਂ 'ਚ ਸਰਦਾਰ ਰਵਿੰਦਰ ਸਿੰਘ ਦਾ 1920 ਅਕਾਲੀ ਦਲ ਹੈ। ਭਾਈ ਰਣਜੀਤ ਸਿੰਘ ਤੁਹਾਡੇ ਸਾਹਮਣੇ ਬੋਲ ਕੇ ਗਏ, ਉਹ ਕਹਿੰਦੇ ਸਾਡਾ ਕੋਈ ਰਾਜਨੀਤੀ ਨਾਲ ਸੰਬੰਧ ਨਹੀਂ। ਔਰ ਫੂਲਕਾ ਸਾਹਿਬ, ਮੇਰੀ ਗੱਲ ਹੋਈ, ਉਹ ਕਹਿੰਦੇ ਮੇਰਾ ਰਾਜਨੀਤੀ ਨਾਲ ਨਹੀਂ, ਮੈਂ ਸ਼੍ਰੋਮਣੀ ਕਮੇਟੀ ਲੜਨੀ ਹੈ। ਅਸੀਂ ਸਾਰੇ ਮਿਲ ਕੇ, ਬਰਮਪੁਰਾ ਜੀ, ਅਸੀਂ ਸਾਰੇ ਮਿਲ ਕੇ, ਪਹਿਲਾਂ SGPC ਉਹਨਾਂ ਨਾਲ ਮਿਲ ਕੇ ਲੜਾਂਗੇ, ਫਿਰ ਉਸ ਤੋਂ ਬਾਅਦ ਅਸੈਂਬਲੀ ਆਊਗੀ, ਉਹ ਅਸੈਂਬਲੀ ਅਸੀਂ ਲੜਾਂਗੇ ਔਰ ਤੁਹਾਡੀ ਕਿਰਪਾ ਚਾਹੀਦੀ ਹੈ ਔਰ ਸਰਕਾਰ ਵੀ ਆਪਣੀ ਬਣੇਗੀ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬੋਲੇ ਸਾਧਾਰ। ਅੱਜ ਸ਼੍ਰੋਮਣੀ ਅਕਾਲੀ ਦਲ ਚ ਜੋ ਬਾਦਲ ਅਕਾਲੀ ਦਲ ਹੈ ਉਹਦੇ ਚ ਬੈਠੇ ਨੇ, ਉਹਨਾਂ ਚੋਂ ਤੁਸੀਂ ਦੱਸਦਾ ਕਿੰਨੇ ਦਿਨ ਲੋਕੀ ਆਉਣਗੇ। ਆ ਸਾਡੀ ਬੇਟੀ ਬੈਠੀ ਹੈ ਬੀਬੀ ਹਰਜੀਤ ਕੌਰ, ਜਿਹੜੀ ਜਥੇਦਾਰ ਲੋਹ ਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੀ ਬੇਟੀ ਹੈ। ਇਹਨੇ ਪਹਿਲਾਂ ਝੰਡਾ ਉੱਥੇ ਜਲੰਧਰ ਚੱਕਿਆ ਔਰ ਚੰਨੀ ਜੀ ਹੋਰਾਂ ਨਾਲ, ਬੀਬੀ ਜੀ ਹੋਰਾਂ ਨਾਲ ਮਿਲ ਕੇ, ਔਰ ਇਹਨਾਂ ਕਿਹਾ ਅਸੀਂ ਇਕੱਲੇ ਨਹੀਂ, ਇੱਥੇ ਬਹੁਤ ਵੱਡੇ ਆ ਕੇ ਤੁਹਾਡੇ ਨਾਲ ਆਉਣਗੇ। ਔਰ ਸਤਿ ਸ੍ਰੀ ਅਕਾਲ ਇਹਨਾਂ ਦਾ ਬਾਕੀ ਪਰਿਵਾਰ ਵੀ ਮੈਨੂੰ, ਮੈਂ ਰਣਜੀਤ ਸਿੰਘ ਨੂੰ ਕਿਹਾ, ਉਹ ਮੇਰੇ ਕੋਲ ਰੋਜ਼ ਆਉਂਦਾ, ਮੈਂ ਕਿਹਾ ਸਾਡੀ ਕੁੜੀ ਹੈ ਜਿਹੜੀ, ਉਹਨੇ ਪਹਿਲਾਂ ਝੰਡਾ ਚੱਕਿਆ, ਤੁਸੀਂ ਬਾਅਦ ਚ ਕੰਮ ਤੁਹਾਡਾ ਪਹਿਲਾਂ ਝੰਡਾ ਚੱਕਣ ਦਾ ਸੀ। ਸੋ ਇਸ ਤਰ੍ਹਾਂ ਅੱਜ ਤੁਸੀਂ ਅਗਲੇ ਹਫ਼ਤੇ, ਪਹਿਲੇ ਹਫ਼ਤੇ ਦੇਖੋਗੇ ਕਿ ਕਿੰਨੀਆਂ ਵੱਡੀਆਂ ਵੱਡੀਆਂ ਹਸਤੀਆਂ ਜੋ ਇਹ ਕਹਿੰਦੇ ਸੀ ਸਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਨੇ, ਉਹ ਸਾਡੇ ਨਾਲ ਆਉਣਗੇ। ਕਿਉਂਕਿ ਸੱਚਾਈ ਦੇ ਨਾਲ ਲੋਕ ਆਉਂਦੇ ਆ, ਝੂਠ ਦੇ ਨਾਲ ਕਦੇ ਲੋਕ ਚੱਲਦੇ ਨਹੀਂ। ਸਾਡੀ ਲੜਾਈ ਨਿਰੋਲ ਤੇ ਨਿਰੋਲ ਸੱਚ ਦੀ ਹੈ। ਸਾਡੀ ਲੜਾਈ ਹੈ ਧਰਮ ਨੂੰ ਬਚਾਉਣ ਦੀ ਸਾਡੀ, ਕਿਉਂਕਿ ਧਰਮ ਬਚੇਗਾ ਤਾਂ, ਜੇ ਧਰਮ ਸਥਾਨ ਤੇ ਧਰਮ
ਸੰਸਥਾਵਾਂ ਬਚਣ ਗਈਆਂ। ਆ ਸ਼੍ਰੋਮਣੀ ਕਮੇਟੀ ਦਾ ਮੈਂ ਇੱਕ ਮਿਸਾਲ ਦਿੰਦਾ, ਮੈਨੂੰ ਕਹਿੰਦੇ ਕੋਈ ਲੌਂਗੋਵਾਲ ਦੀ ਗੱਲ ਨਹੀਂ ਕਰਦਾ, ਲੌਂਗੋਵਾਲ ਬੜੀ ਛੋਟੀ ਚੀਜ਼ ਹੈ। ਉਹਨੂੰ ਮੈਂ ਕਿਹਾ ਤੂੰ ਮੇਰੇ ਖਿਲਾਫ਼ ਰੋਜ਼ ਬੋਲਦਾ, ਆ ਜਿਹੜਾ ਉੱਥੇ ਲੁੱਟ ਪੈ ਰਹੀ ਹੈ, 14-14 ਕਰੋੜ ਰੁਪਇਆ ਲੁੱਟਿਆ ਜਾ ਰਿਹਾ ਇੱਕ ਇੱਕ ਕੇਸ ਵਿੱਚ, ਉਹ ਤੇਰੇ ਦਸਖਤਾਂ ਥੱਲੇ ਜਾ ਰਿਹਾ। ਆਹ ਐਗਜੈਕਟਿਵ ਕਮੇਟੀ ਬਣੀਆਂ ਜਿਹੜੇ ਬਹੁਤ ਖੁਸ਼ ਹੋ ਕੇ ਕਹਿੰਦੇ ਸੀ ਮੈਨੂੰ ਐਗਜੈਕਟਿਵ ਬਣਾਇਓ, ਉਹਨਾਂ ਦੇ ਦਸਖਤਾਂ ਥੱਲੇ ਜਾ ਰਿਹਾ, ਫਸਣਗੇ ਉਹ। ਜਦੋਂ ਨਵੀਂ ਸ਼੍ਰੋਮਣੀ ਕਮੇਟੀ ਬਣੀ, ਇਨਕੁਆਇਰੀਆਂ ਹੋਣਗੀਆਂ। ਲੇਕਿਨ ਮੈਂ ਗੋਬਿੰਦ ਸਰੌਂਗਵਾਲ ਤੋਂ ਇੱਕੋ ਹੀ ਪੁੱਛਣਾ ਚਾਹੁੰਦਾ, ਆਹ ਮੇਰੇ ਸਾਹਮਣੇ ਬੈਠਾ ਬੂਟਾ ਸਿੰਘ ਚੌਹਾਨ, ਇਹਨੇ ਮਰਾਠੀ ਦਾ ਬਹੁਤ ਵੱਡਾ ਰਾਈਟਰ ਹੈ ਇੱਕ, ਉਹਦੀਆਂ ਕਿਤਾਬਾਂ ਪੰਜਾਬੀ ਚ ਅਨੁਵਾਦ ਕੀਤਾ ਮਹਾਰਾਸ਼ਟਰ ਤੋਂ, ਉਹਦਾ ਨਾਂ ਹੈ, ਮੈਨੂੰ ਇਹਨਾਂ ਲਿਖ ਕੇ ਦਿੱਤਾ, ਲਕਸ਼ਮਣ ਐਨਵਾਲ। ਇਹਨਾਂ ਨੇ ਕਿਹਾ ਕਿ ਮੇਰੀ ਗੱਲ ਕਰਾਓ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ। ਇਹ ਵੀਰੋ ਇਹਨਾਂ ਦਾ ਉਹਨਾਂ ਦਾ ਪ੍ਰਧਾਨ ਹੈ ਜਿਹੜੇ ਉੱਥੇ ਆਦਿਵਾਸੀ ਨੇ। ਉਹਨੇ ਕਿਹਾ 40,000 ਦੀ ਸਾਡੀ ਆਬਾਦੀ ਹੈ, 4,000 ਸਿੱਖ ਬਣਨਾ ਚਾਹੁੰਦਾ ਤੇ ਉਹ 4,000 ਸਿੱਖ ਬਣਾਉਣ ਲਈ ਇਹਨੇ ਗੋਬਿੰਦ ਸਿੰਘ ਲੌਂਗੋਵਾਲ ਨਾਲ ਟੈਲੀਫੋਨ ਤੇ ਗੱਲ ਕਰਾਈ। ਗੋਬਿੰਦ ਸਿੰਘ ਲੌਂਗੋਵਾਲ ਨੇ 4,000 ਸਿੱਖ ਬਣਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਲੇਕਿਨ ਇੱਥੇ ਕੀ ਕੀਤਾ, 2 ਤਾਰੀਖ ਨੂੰ ਮੈਨੂੰ ਕਈਆਂ ਨੇ ਕਿਹਾ ਕਿ ਸਾਰੇ ਪਿੰਡਾਂ ਵਿੱਚ 5,000 ਲੋਕਾਂ ਨੂੰ ਦੇ ਰਿਹਾ, ਔਰ ਨਾਲੇ ਕਹਿ ਰਿਹਾ ਕਿ ਆਇਓ 2 ਤਾਰੀਖ ਨੂੰ ਤੁਸੀਂ ਉਹਦਾ ਇਕੱਠ ਜ਼ਰੂਰ ਆਉਣਾ। ਤੇ ਸਾਰੇ ਗੁਰੂ ਘਰਾਂ ਨੂੰ ਵੀ ਦਿੱਤੇ, ਮੈਨੂੰ ਕਿਸੇ ਨੇ ਕਿਹਾ, ਮੈਂ ਕਿਹਾ ਬੜੀ ਖੁਸ਼ੀ ਗੱਲ ਹੈ, ਚਲੋ ਅੱਜ ਇਹਨਾਂ ਦੀ ਅਕਲ ਤਾਂ ਆਈ ਆਪਦੇ ਜ਼ਿਲ੍ਹੇ 'ਚ ਕੁਛ ਤਾਂ ਦੇਣ ਲੱਗਿਆ, ਤੇ ਮੈਂ ਨਹੀਂ ਆਪਾਂ ਨੇ ਨਹੀਂ ਕਿਸੇ ਨੇ ਬੋਲਣਾ। ਲੇਕਿਨ ਉਹ ਮੈਂ ਕਹਿਣਾ ਚਾਹੁੰਦਾ ਕਿ ਦੇਵੇ ਤਾਂ ਜ਼ਰੂਰ, ਪਰ ਨਾਲ ਦੀ ਨਾਲ ਕਹੇ 2 ਤਾਰੀਖ ਨੂੰ ਸਾਡੇ ਇਕੱਠ 'ਚ ਜ਼ਰੂਰ ਆਇਓ। ਇਹ ਕੰਮ ਕਰਦਾ ਗੋਬਿੰਦ ਸਿੰਘ ਲੌਂਗੋਵਾਲ। ਉਹਨੂੰ ਪੁੱਛਿਓ ਤੇਰੇ ਲੌਂਗੋਵਾਲ 'ਚ ਪਰਵਿੰਦਰ ਗਿਆ ਸੀ ਉਦੋਂ ਕਿੱਡਾ ਵੱਡਾ ਇਕੱਠ ਸੀ, ਜਾਂ ਹੁਣ ਤੂੰ ਕਰਕੇ ਦਿਖਾ ਦੇ ਆਪਦੇ ਲੌਂਗੋਵਾਲ 'ਚ, ਕਿਉਂਕਿ ਲੋਕ ਸੱਚਾਈ ਨਾਲ ਖੜੇ ਨੇ। ਆਹ ਲੋਕ ਜਿਹੜੇ ਆਏ ਹੋ ਤੁਸੀਂ ਸੱਚਾਈ ਤੇ ਆ ਕੇ ਖੜੇ ਹੋ। ਮੈਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ, ਔਰ ਸਾਡੀ ਲੀਡਰਸ਼ਿਪ ਜਿੰਨੀ ਆਈ ਹੈ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹਨਾਂ ਨੇ ਆ ਕੇ ਤੁਹਾਡੇ ਨਾਲ ਵਿਚਾਰ ਵੀ ਸਾਂਝੇ ਕੀਤੇ ਨੇ। ਤੁਹਾਡਾ ਧੰਨਵਾਦ ਇਸ ਕਰਕੇ ਕਰਨਾ ਚਾਹੁੰਦਾ ਕਿ ਤੁਸੀਂ ਮੇਰੇ ਤੇ ਸਾਡੇ ਪਰਿਵਾਰ ਤੇ ਨਹੀਂ ਬਲਕਿ ਪੰਥ ਤੇ ਐਡਾ ਵੱਡਾ ਅਹਿਸਾਨ ਕੀਤਾ। ਪਰਿਵਾਰ ਦੀ ਗੱਲ ਨਹੀਂ ਹੈ, ਅਸੀਂ ਤਾਂ ਤੁਹਾਡੇ ਕੁੱਕਰ ਹਾਂ, ਤੁਹਾਡੇ ਬੱਚੇ ਹਾਂ, ਤੁਹਾਡੇ ਤੁਸੀਂ ਬਹੁਤ ਵੱਡਾ ਮਾਣ ਸਤਿਕਾਰ ਦਿੰਦੇ ਰਹੇ ਹੋ ਸਾਨੂੰ। ਮੈਂ ਤਾਂ ਉਸ ਦਿਨ ਕਿਹਾ ਸੀ ਕਿ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ ਹੁਣ, ਨਾ ਪਾਰਲੀਮੈਂਟ ਦੀ, ਨਾ ਅਸੈਂਬਲੀ ਦੀ, ਨਾ ਸ਼੍ਰੋਮਣੀ ਕਮੇਟੀ ਦੀ, ਇਸ ਕਰਕੇ ਕੋਈ ਇਲੈਕਸ਼ਨ ਨਹੀਂ ਲੜਨੀ। ਲੇਕਿਨ ਅਸੀਂ ਜਿੰਨਾ ਦੇਰ ਗੁਰਦੁਆਰੇ ਆਜ਼ਾਦ ਨਹੀਂ ਹੁੰਦੇ ਉਨੀ ਦੇਰ ਲੜਾਈ ਸਾਡੀ ਜੱਦੋਜਹਿਦ ਜਾਰੀ ਰਹੇਗੀ। ਔਰ ਤੁਹਾਡਾ ਬਹੁਤ ਧੰਨਵਾਦ, ਤੁਸੀਂ ਐਵੇਂ ਜਿਵੇਂ ਸਾਥ ਦਿੰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ।